ਮਜ਼ਦੂਰੀ ਕਰਨੀ ਹੈ ਕਠੀਆਂ ਲੈ ਜਾਵਣ ਇੱਕ ਮਹੀਨੇ ਬਾਅਦ ਡੇਢ ਬਾਅਦ ਤਿਆਰ ਹੋਣਗੀਆਂ ਨਾ ਤੇ ਅੱਲਾ ਮੇਰੇ ਦੇ ਹੁਕਮ ਦੇ ਨਾਲ ਰੱਜ ਰੋਜ਼ੀ ਕਮਾਉਣਗੇ ਪੱਕੀ ਗੱਲ ਹੈ ਪੱਕੀ ਗੱਲ ਹੈ ਡੰਗਰ ਲੈਣ ਲਈ ਮਿਹਨਤ ਕਰਨੀ ਪੈਂਦੀ ਭਜਣਾ ਨੱਸਣਾ ਪੈਂਦਾ ਐਵੇਂ ਤਾਂ ਨਹੀਂ ਨੀਲੀ ਦਾ ਡੰਗਰ ਲੱਭ ਜਾਂਦੇ ਤੇ ਨੀਲੀ ਦਾ ਡੰਗਰ ਲੈਣ ਵਾਸਤੇ 10-20 ਹਜ਼ਾਰ ਬਾਅਦ ਫਿਰਨਾ ਪੈਂਦਾ ਕਬੂਲੇ ਦੀ ਸ਼ਹਿਰ ਕਬੂਲਾ ਜਾਨਵਰ ਲੈਣ ਲੱਗਿਆ ਨਾ ਉਹਦੇ ਮੱਝ ਜਿੰਨਾ ਜਿਗਰਾ ਸਮਝ ਆਉਂਦੀ ਪਈ ਹੈ ਨਾ ਮੱਝ ਜਿੰਨਾ ਜਿਗਰਾ ਕਰਨਾ ਪੈਂਦਾ ਸਾਹਿਬ ਹੁਣ ਇਹ ਡੰਗਰ ਲੈਣਾ ਤੇ ਜਿਹਨੂੰ ਕੱਟੀ ਲੈਣ ਦੇ ਵੱਲ ਉਹਨੇ ਕੀ ਮੱਝ ਦਾ ਜਿਗਰਾ ਕਰਨਾ بسم اللہ الرحمن الرحیم شروع اللہ کے نام سے جو بڑا مہربان نہایت رحم کرنے والا ہے دوستو بزرگو آپ دیکھ رہے ہیں اپنا یوٹیوب چینل اینڈ فیس بک پیج بزنس ٹاکس افیشل ود اے جی اظہر خان فیس بک پیج بھی ہے آج میں پہنچا ہوں رائے محمد آقا جویز صاحب کے ڈیرے پر نیو مال نیو جگہ بن گئی ہے ماشاء اللہ ਲੈਣੇ ਹੀ ਲਗਾ ਦੀ ਹੈ ਮਾਸ਼ਾ ਅੱਲਾ ਤਰੀਖ ਨੋਟ ਕਰ ਲੈ 4 ਅਪ੍ਰੈਲ 2024 ਦਿਨ ਹੈ ਜੁਮੇ ਰਾਤ ਕਾ ਮਾਸ਼ਾ ਅੱਲਾ ਮੇਲਾ ਸਜਾ ਦਿਆ ਹੈ ਮੇਰੇ ਭਾਈ ਨੇ ਕਿਆ ਬਾਤ ਹੈ ਇਸ ਭਾਈ ਕੇ ਅੱਲਾ ਇਸ ਕੀ ਉਮਰ ਦਰਾਜ਼ ਕਰੇ ਮੁਕਾਬਲੇ ਮੇ ਲੋਕ ਬਹੁਤ ਆਤੇ ਹੈ ਰਿਸ਼ਤੇ ਤੋ ਬਹੁਤ ਕਰਤੇ ਹੈ ਮੇਰੇ ਭਾਈ ਕੀ ਲੇਕਿਨ ਰਾਏ ਸਾਹਿਬ ਕੇ ਇਲਾਵਾ ਕੋਈ ਜਵਾਬ ਨਹੀਂ ਮਾਸ਼ਾ ਅੱਲਾ ਚਲਤੇ ਹੈ ਰਾਏ ਸਾਹਿਬ ਕੇ ਪਾਸ ਔਰ ਉਨੀ ਕੀ ਜ਼ਬਾਨੀ ਸਭ ਕੁਝ ਵੀਡੀਓ ਕੋ ਮੁਕੰਮਲ ਦੇਖਣਾ ਹੈ ਵੀਡੀਓ ਕੋ ਆਗੇ ਪਿੱਛੇ ਨਹੀਂ ਕਰਨਾ ਅਸਲਾਮ ਵਾਲੇਕਮ ਵਾਲੇਕਮ ਸਲਾਮ ਵੀਰ ਜੀ ਕੀ ਹਾਲ ਹੈ ਪਾਕ ਦਾ ਸਾਮ ਤੁਸੀਂ ਸੁਣਾਓ ਜੀ ਅਲਹਮਦੁਲਿਲਾ ਤਬੀਤਾ ਸੇ ਤਾਂ ਠੀਕ ਰਹੇ ਅੱਲਾ ਪਾਕ ਦਾ ਜੀ ਤੁਸੀਂ ਸੁਣਾਓ ਸੇ ਤੇ ਠੀਕ ਹੈ ਜੀ ਅਲਹਮਦੁਲਿਲਾ ਸਭ ਤੋਂ ਪਹਿਲਾਂ ਮੇਰੇ ਵੇਖਣ ਵਾਲਿਆਂ ਨੂੰ ਆਪਣਾ ਤਾਂ ਆਪਣੇ ਇਲਾਕੇ ਦਾ ਤਾਰਫ ਕਰਵਾ ਦਿਓ ਜੀ ਨਾਮ ਮੇਰਾ ਰਾਏ ਆਕਮ ਜੋ ਦੇ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਨਨਕਾਣਾ ਸਾਹਿਬ ਦੇ ਨਾਲ ਹੀ ਪਿੰਡ ਜਸਲਾਣੀ ਮੋੜੇ ਠੀਕ ਹੋ ਗਿਆ ਅਗਰ ਮੇਰਾ ਭਾਈ ਮੁਲਤਾਨ ਲਾਉਂਦਾ ਨਨਕਾਣਾ ਇੰਟਰਚੇਂਜ ਲੱਗੇਗਾ ਅਗਰ ਫੈਸਲਾਬਾਦ ਆਉਂਦਾ ਤਾਂ ਫਿਰੋਜ਼ ਵਟਵਾ ਲੱਗੇਗਾ ਠੀਕ ਹੈ ਅਗਰ ਸਿਆਲਕੋਟ ਤੋਂ ਗੁਜਰਾਲ ਆਉਂਦਾ ਤਾਂ ਸ਼ੇਖਪੁਰਾ ਫਿਰੋਜ਼ ਵਟਵਾ ਫਿਰੋਜ਼ ਵਟਵਾ ਤੋਂ ਜਸਲਾਣੀ ਮੋੜ ਜਿੱਦਾਂ ਕੋਈ ਮਰਜ਼ੀ ਪਹੁੰਚ ਸਕਦੇ ਨੇ ਠੀਕ ਹੈ ਗੂਗਲ ਤੇ ਲੋਕੇਸ਼ਨ ਕੱਢ ਸਕਦੇ ਨੇ ਜਸਲਾਣੀ ਮੋੜ ਦੀ ਤੋੜ ਫਾਰਮ ਦੇ ਉੱਤੇ ਆਵਣਗੇ ਯਾਨੀ ਕਿ ਅਬਦੁੱਲਾ ਕੱਟਾ ਫਾਰਮ ਹਾਂਜੀ ਅਬਦੁੱਲਾ ਕੱਟਾ ਫਾਰਮ ਲਿਖਣ ਤੋੜ ਜਸਲਾਣੀ ਮੋੜ ਫਾਰਮ ਦੇ ਉੱਤੇ ਆਵਣਗੇ ਕੀ ਬਾਤ ਹੈ ਜੀ ਬਗਿਆ ਮਾਲ ਹੈ ਸਾਡੇ ਕੋਲ ਤਕਰੀਬਨ 100 ਦਿਨ ਦਰ ਬਾਹਰ ਜਾਨਵਰ ਹੈਗਾ ਮਾਸ਼ਾਅੱਲਾ ਯਾਨੀ 2 ਮਹੀਨੇ ਤੋਂ ਲੈ ਕੇ ਸੂਈ ਤੱਕਰ ਜਾਨਵਰ ਮਿਲੇਗਾ 2 ਦੀ 3 ਦੀ 4 ਦੀ ਮਕਸਦ ਕਿ 5-6 ਮਹੀਨੇ ਵਾਲੀਆਂ ਸਾਰੀਆਂ ਪਰਲੇ ਪਾਸੇ ਬਚ ਗਈਆਂ ਜਿਹੜੀਆਂ ਆ ਖੜੀਆਂ ਨੇ ਇਹ 5 ਦੀ 6 ਦੀ 7 ਦੀ 8 ਦੀ 8.5 ਮਹੀਨੇ ਤੱਕ ਰਹਿ ਬਚ ਗਈਆਂ ਨੇ ਅੱਛਾ ਅੱਛਾ ਬਗਿਆ ਇਹ 2 ਮਹੀਨੇ ਤੋਂ ਲੈ ਕੇ ਇਹ ਕੈਮਰਾ ਮਾਰੋ ਨਾ ਪਿੱਛੋਂ ਰੱਖ ਕੇ ਲਓ ਜੀ ਆ ਚੈੱਕ ਕਰੋ ਜੀ ਮਾਸ਼ਾਅੱਲਾ 2 ਮਹੀਨੇ ਤੋਂ ਲੈ ਕੇ 5 ਮਹੀਨੇ ਤੱਕ ਜੁੜੀਆਂ ਆ ਬਚ ਗਈਆਂ ਨੇ 2 ਮਿੰਟ ਲਾਇਆ ਤੇ 5 ਮਿੰਟ ਤੱਕ 5 ਮਿੰਟ ਤੱਕ ਆ ਬਜੀਆਂ ਨੇ ਠੀਕ ਹੈ ਹਾਂਜੀ ਮਾਸ਼ਾਅੱਲਾ ਮਾਸ਼ਾਅੱਲਾ ਜਿਵੇਂ ਦਾ ਮਾਲ ਜਿਵੇਂ ਦੀ ਅਗਲਾ ਡਿਮਾਂਡ ਕਰੇਗਾ ਉਵੇਂ ਦਾ ਹੀ ਮਾਲ ਮਿਲੇਗਾ ਬਿਲਕੁਲ ਸਹੀ ਹੈ ਬਗਾਇਆ ਵੀਡੀਓ ਭਾਈ ਬੂਟੇ ਨਹੀਂ ਬਣਾਉਣਗੇ ਜੀ ਜੀ ਬਗਾਇਆ ਮੈਂ ਥੋੜਾ ਜਿਹਾ ਵਿੱਚ ਬੋਲਦਾ ਚੱਲਦਾ ਰਵਾਂਗਾ ਚਲੋ ਠੀਕ ਹੈ ਜੀ ਆਓ ਜੀ ਚਾਚਾ ਬੂਟਿਆ ਕੀ ਹਾਲ ਚਾਲ ਹੈ ਚਾਚਾ ਅਸਲਾਮ ਅਲੈਕਮ ਜੀ ਸਾਰੇ ਦੋਸਤਾਂ ਨੂੰ ਸਲਾਮ ਹੈ ਜਨਾਬ ਵਾਲੇ ਸਲਾਮ ਉਸ ਤੋਂ ਬਾਅਦ ਜਨਾਬ ਅਸੀਂ ਅਰਜ਼ ਕਰਨਾ ਹੈ ਚਾਹੁੰਦੇ ਆ ਕਿ ਜਾਨਵਰ ਦੋਸਤਾਂ ਨੂੰ ਵਿਖਾਉਨੇ ਆ ਜੀ ਜੀ ਆ ਰਮਜ਼ਾਨ ਵੀ ਮੇਰੇ ਖਿਆਲ ਚ 25 ਹੋ ਗਿਆ ਹਾਂ ਤੇ ਰਮਜ਼ਾਨ ਹੁੰਦਾ ਤੁਸੀਂ ਚੰਗਾ ਬੋਲਦੇ ਵੀ ਨਹੀਂ ਹਾਂ ਜੀ ਤੇ ਆਓ ਜਨਾਬ ਆ ਜਾਨਵਰ ਸਾਡੇ ਦੋਸਤਾਂ ਭਰਾਵਾਂ ਦਾ ਸ਼ੌਕ ਕਰਾਓ ਲਓ ਜੀ ਵਿਖਾ ਲਓ ਨਾ 6-5 ਜਿਹੜਾ ਕਨਾ ਆ ਫਾਰਮ ਥੋੜਾ ਬਣਾ ਰਿਹਾ ਸੀ ਅੱਛਾ ਅੱਛਾ ਨਾਲ ਥੋੜਾ ਜਿਹਾ ਨਾ ਯਾਨੀ ਕਿ ਸੈਟਿੰਗ ਹੋ ਰਹੀ ਹੈ ਮਾਸ਼ਾਅੱਲਾ ਆਏ ਹਾਏ ਚਸ ਅੱਜ ਕਰਾ ਦਿੱਤੀ ਤੇ ਚਾਚਾ ਹਾਏ 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 ਕੀ ਬਾਤ ਹੈ ਅੱਜ ਮਾਲ ਬੋਲਾ ਅੱਲਾ ਦੇ ਹੁਕਮ ਨਾਲ ਬਰੀਕ ਜਾਨਵਰ ਹਾਂ ਵੇਖੋ ਮਾਸ਼ਾਅੱਲਾ ਜੀ ਕੀ ਬਾਤ ਇੱਕ ਜਾਨਵਰ ਜਿਹੜਾ ਨਾ ਅੱਲਾ ਦੇ ਹੁਕਮ ਨਾਲ ਮਾਸ਼ਾਅੱਲਾ ਕੀ ਬਾਤ ਹੈ ਜੀ ਕੀ ਬਾਤ ਹੈ ਚਾਚਾ ਬੋਟਿਆ ਜਾਨਵਰ ਹਾਂ ਵਾਹ ਮਾਸ਼ਾਅੱਲਾ ਜੀ ਤਸੱਲੀ ਕਰੋ ਜਨਾਬ ਜਾਨਵਰ ਸਾਡੇ ਕੋ ਮਿਲਦੇ ਨੇ ਜਨਾ 7-8 ਮਹੀਨੇ ਦੀ ਹੈ ਅੱਛਾ 7-8 ਮਹੀਨੇ ਦੀ ਗੱਬਣ ਇਹਦਾ ਕੀ ਰੇਟ ਹੋਏਗਾ ਚਾਚਾ 650 ਰੁਪਏ ਕਿਲੋ ਜੀ ਲਓ ਜੀ ਅੱਗੇ ਚੈੱਕ ਕਰੋ ਜੀ ਮਾਸ਼ਾਅੱਲਾ ਠੀਕ ਹੈ ਤਸੱਲੀਆਂ ਕਰੋ ਸ਼ੋਰ ਨੀਲੀ ਦੀ
پیور نہیں نہیں دی اللہ دیکھو نا کیا بات پشم چیک کرو گلا باتاں نال نہیں جانور پہلے ویکھو ہاں تے پھر آ کے جڑا کہ نا تسلی کرو ہائے 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 میں تھڑ بن جاں ماشاءاللہ ہائے 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 کیا بات ہے ویکھو ہیں رجو جس کرو جس شب جیٹھ میں تیار ہون گیا ہاں کٹیاں ساری جڑیاں نا ہاں اللہ دیکھو نا جیٹھ تیار ہون جیٹھ چ ہاں جی واہ جی واہ ساری جیٹھ تیار ہون جیٹھ مرائیاں کے گرمیاں چ پھل گرمی پھل گرمی پھل گرمی جو بنے چوسی لو جہ چک رائے اللہ رات نہیں پیان دے نا جی نا ماشاءاللہ اے نیلی ہاں اے نیلی دی نشانیاں اے بریگ ہاں بریگ لمبی بوتھی ہاں ہاں اے ہر چیز بریگ ہے ہاں ماشاءاللہ سا سوتری چھوٹی وکھی چک رہو ہاں بالکل جی چک رہو ہاں ہاں ماشاءاللہ سا سوتری جوٹی ماشاءاللہ یہ بٹن چیک کرو میں پہلے بٹن چیک کرانا چاہنا آ نکے نکے بٹن کھڑے جی آ وے ہن تھلا چیک کرو ماشاءاللہ میں کہنا تم نہیں کولی چیک کراؤ جی بھائی جی دسی کولی آ ویکھو جی میں بیٹھا جی فل پوری چوٹی وکھاواں ہاں ہاں نیلی دے برانڈ صاحب جنہاں نو گھروں دوجی واری سالن کولی ڈیندا او آندے سی راہ عقب دا مقابلہ کرنا اے کوڑی ہونا ہاں اے جنمن گل جے کوڑی جے ہونا بالکل تے نہ ہونا جے تے نہ ری سی کر سکدے جے ٹھیک ہے ਜਿਨ੍ਹਾਂ ਨੂੰ ਕਰੋ ਦੂਜੀ ਵਾਰੀ ਸਾਲਣ ਕੋਣੀ ਡਿੰਦਾ ਉਹ ਵੀ ਜਾਣ ਕੇ ਵੀਡੀਓ ਦੇ ਅੱਗੇ ਆਣ ਕੇ ਖਲੋ ਰਾਂਦਨ ਜੀ ਅਸੀਂ ਰਾਹ ਅਕਬ ਦਾ ਮੁਕਾਬਲਾ ਕਰਨਾ ਆਪੇ ਹੀ ਨਾਰੇ ਮਾਰੀ ਆਉਂਦੇ ਨੇ ਆਪੇ ਹੀ ਡਾਕਰੇ ਮਾਰੀ ਆਉਂਦੇ ਨੇ ਕੋਈ ਵੀਡੀਓ ਬਣਾਓ ਕੋਈ ਵੀਡੀਓ ਬੰਦੇ ਵਾਲਾ ਕੰਮ ਵੀ ਕਰੋ ਬਿਲਕੁਲ ਸਹੀ ਗੱਲ ਹੈ ਠੀਕ ਹੈ ਜੀ ਜੀ ਸਹੀ ਹੈ ਮਾਸ਼ਾਅੱਲਾ ਲਓ ਇਹ ਚੈੱਕ ਕੀਤੀ ਤਸੱਲੀ ਦੇ ਨਾਲ ਉੱਥੇ ਮਾਲਕ ਉਸੇ ਵੀਡੀਓ ਜੀ ਬੋਲਦੇ ਪੜੋ ਤੇ ਪਤਾ ਹੀ ਨਹੀਂ ਲੱਗਦਾ ਆਪਾਂ ਕੇ ਮਾਲਕ ਕਿਹੜੇ ਨੇ ਤੇ ਨੌਕਰ ਕਿਹੜੇ ਨੇ ਹਾਂ ਸਹੀ ਗੱਲ ਹੈ ਪਹਿਲੇ ਦਾ ਸਬੂਤ ਦਿਓ ਡੋਡੇ ਚ ਮਾਲਕ ਕਿਹੜਾ ਤੇ ਨੌਕਰ ਕਿਹੜਾ ਹਾਂ ਸਹੀ ਹੈ ਮਾਸ਼ਾਅੱਲਾ ਜੀ ਮਾਲ ਵਾਓ ਜੀ ਤਸੱਲੀ ਕਰਾਓ ਜੀ ਸ਼ੌਕ ਕਰਵਾਓ ਜੀ ਮਾਸ਼ਾਅੱਲਾ ਅੱਜ ਲੱਗਿਆ ਜੇ ਮੇਲਾ ਸੱਜੀਆਂ ਹੀ ਰੌਣਕਾਂ ਹਾਂ ਜੀ ਨੀਲੀ ਹਾਂ ਮਾਸ਼ਾਅੱਲਾ ਗੱਲਾਂ ਬਾਤਾਂ ਨਾਲ ਨਹੀਂ ਲਿਆ ਕੇ ਵਿਖਾਓ ਆਪਰ ਆਂਦਾ ਜੀ ਮਾਸ਼ਾਅੱਲਾ 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 ਤਸੱਲੀ ਕਰੋ ਜੀ ماشاءاللہ تو بنائے ہوئے نے ساریاں نے لگ لتا جی ہن میری واری ہے جی ماشاءاللہ ہائے 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 میں ٹھڑ ون جا اے اللہ دیکھو نا جیٹ ہے تیار ہونی ہاں ماشاءاللہ گمامی 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 ہائی نی جھٹیاں ریس کرن گیا لیاون گیا تے وکھاون گیا ہاں پہلے لا کے آون تے مڑ وکھاون دی گل بعد اچ بالکل صحیح گل ہے مقابلہ بھی بعد اچ ہونا ہے بالکل ٹھیک ہے جی او سیاڑے دا کھان ہے کہ جڑے گجدے نے نا او وسدے کوڑی بالکل جڑے وسدے نے نا او گجدے کوڑی صحیح گل ہے ٹھیک ہے اسی اونی کو گل کر رہے ہیں کہ جنی کو گل دے پورے کھلو جاو گے بالکل فالتو دی گل کبھی نہیں کرتے بالکل صحیح ٹھیک ہے بقایا مال چیک کرائیو نالو نال نال مال بھی چیک کرونے ہیں نال کرا رہے جی شب کروا رہے چچا بوٹا تے راہ کھجو ماشاءاللہ جی منہ دے وچوں ساریاں دونیاں نے منہ چ دوندیاں پکی گل ہے میں ویکھ لواں ایتھے تھلے لیا لو جی ویکھو جی شب کرو جی اے نے تیار مال ہاں ہائے 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 میں ٹھڑ ون جا ہن ویکھ کٹی دیکھو ہائے ہائے تھن نک لاٹو نے یا پیڑی دے پاوے ماشاءاللہ اللہ دیکھو نا وساخ جیٹھ تیار ہون گیا اے اپے پیر رکھ اوتے چڑھ جانا بندا رحم اللہ جی اے ہنے چڈا اینا لائی کھڑی ماشاءاللہ ہاں اپے بول دے نے ہاں بالکل جی ساڈے بولن دی ضرورت نہیں ہے گی نا جی نا اج تے موقع نہیں ملنا پیا مینوں تاں ماشاءاللہ چیک کرو جی تسلی کرو جی چیک کیتی ہو جی شوق پورے کیتی ہو ماشاءاللہ لو جی چیک کرو پہلے لمبائی میں جڑا چیک کرا لو پٹھا ویکھ کنا کٹی چا ماشاءاللہ کیا بات ہے ایں دے نال تھلے چڈے ویکھو جی میں یعنی کہ لباس ماشاءاللہ تھن ویکھو جی ہے کیا بات ہے 6-7 مہینے دیاں نے ہاں ساری 6-7 مہینے انہاں ریٹ بھی دسو نال انہاں دا 650 روپے 650 روپے تقریبا اڑیاں مطابق کنا وزن ہوے گا انہاں دا اے وزن تقریبا 11 مان 10 مان 11 مان 650 نے 22 روپے لے آ جی ہاں جی لو جی چنگیا نسل جانور ہوں اپنی خود مثال ہوندا بالکل صحیح گل ماشاءاللہ جی بڑی محنت نال لا کے آنے علاقے وچ کٹ کٹ کے شوق کروانے نے میرے بھراواں نوں میری فیملی نوں ماشاءاللہ ادھر لے آو لو جی اگے چلو جی کٹی نہ لڈن دی لو جی لڈن دی کٹی آ گئی جی ٹھیک ہے شوق کر ماشاءاللہ کیا بات ہے جی کیا بات ہے ہیں ماشاءاللہ لمبائی ویکھو جی ماشاءاللہ لو جی تھلے نوں ہانے ماشاءاللہ
کیا بات ہے جی لو جی ماشاءاللہ کب چیک کر لو جی لمبائی چیک کرو جی جڑے ساڈے دوست آندے نے اسی پرافٹ واسطے لینیاں نے ہاں اسی مزدوری کرنی ہے ہاں جی اے کٹیاں لے جاون ایک مہینے بعد ڈیڑھ بعد تیار ہون گیا نا تے اللہ میرے دے حکم دے نال راج روزی کماون گے پکی گل ہے پکی گل ہے ماشاءاللہ جانور ساڈے چنگے ہون تے پھر ساڈا حق نہ رکھیا جی ماشاءاللہ دا کمنٹ کرو کیا بات ہے جی پرندے واقعی ہے پرندے نے ماشاءاللہ تھلے بھی لے کے لو جی اللہ نال تے نہیں اویں آکھدے پے یار اینے مہینے دی اینے مہینے دی ہیں ماشاءاللہ خود لائے نے لائے نے اللہ دے حکم نال اے وساخ وچ جیٹھ وچ چوٹیاں چڑھ اگر صاحب کیمرہ ماریا دے لو جی وج گیا جی ٹھیک ہے اگو چیک کرا تے پچھو چوٹی چیک کرا پوری چوٹی چیک کرائی کرو ماشاءاللہ ٹھیک ہے اے بندے اے نہیں گل کہ ہر ڈنگر جڑا نا نیلی دا نیلی نیلی کرنے نال نیلی نہیں ہوندا ٹھیک ہے لیکن جواں پھرنے ا بدر نیلی دا ڈنگر لیاونا پیندا پھر نیلی دی تعریف ہوندی ہے بالکل ٹھیک ہے بقایا ہر ویڈیو تے ساڈی گارنٹی ہوندی ہے اٹھا دنہ تک ساڈی جھوٹی دو تین مہینے والی چار مہینے والی کول جاندا اسی اونوں گبن دینے ساڈی خالی نکلدا ہے واپسی واپسی دا کرایہ خرچہ میرا اے جھوٹیاں نے 7-8 مہینے والگا اے جاندیاں نے یور ماردیاں نے 10 دن تک واپسی واپسی دا کرایہ خرچہ میرا ٹھیک ہے میری جھوٹی سیلا جالی ہوے مڑ بھی واپسی ہے کیا بات ہے جی ٹھیک ہے کوئی وعدہ گھاٹا کرے 10 دن تک واپسی لےون کرایا خرچہ میرے کول لوڑ کیا بات ہے صاحب بقایا گلا نہیں مال بخاوی دا کہ ہر بندہ نیلی نیلی نالو نیلی جڑی ہے نا نیلی راوی او جھوٹی ایک نمبر دے اس ٹائم ہوندی پئی ہے لیکن گل کرن دا مقصد ہے کہ نیلی نو اگے لا دتا اینے نیلی نیلی ہر پاسے ہوندی پئی ہے جیندے کول نہیں وی نیلی دا ڈنگر لیا وی نہیں نا جاندا او وی آکھ دیندا میرا ڈنگر نیلی دا ہاں صحیح نیلی دا ڈنگر لین لئی محنت کرنی پیندی محنت کرنی پجنا نہ سنا پیندا ایویں تے نہیں نیلی دا ڈنگر لب جاندے تے نیلی دا ڈنگر لین واسطے 10-20 ہزار بعد بھرنا پیندا بھرنا پیندا اے وی نال دس دئیے جی ٹھیک ہے جی ماشاءاللہ ساڈے دوستاں نو کٹی کھا ہائے کٹی راہ قبولے دی ہائے ہائے شہر قبولہ قبولہ ہائے ہائے کیا بات ہے جی ماشاءاللہ جی حسن دی پری جویں میم ہوندی ہاں بالکل یار ہن نہ جانور سارے رل گئے نے ادو اودے جا رہے نے ادو ادھے آ رہے نے ادو اودے جا رہے نے اسی ہن کدے وگ جاویے نا پنڈی اسلام آباد لے ادو دا پانی چنگا ہے سمجھدے جے اس چیز نو او پانی پیویے نا تے روٹی آندے چھتی ہضم ہو جاندی اے تاثیر ہوندی ہے پانی دی بالکل ساڈے دوستاں نو پتہ نہیں ہے گا میں انہاں نوں دسنا چاہنا ہاں جی ٹھیک ہے نا انہاں دوستاں نوں میں دسنا چاہنا اے پانی دی تاثیر ہوندی ہے بالکل صحیح گل ہے علاقے دی مجھ دوسرے علاقے ٹر جاوے نا او پانی پیوے گی او چارہ کھاوے گی ان دا رزلٹ ہور ہوے گا بالکل صحیح گل ہے ٹھیک ہے نا اے پانی دی تاثیر ہوندی ہے جڑے علاقہ نیلی دا نا اللہ الو انو شرف ہے بے شک ٹھیک ہے نا تے اوتھے جڑا جانور 6 مہینے 8 مہینے 10 مہینے رہ جاوے گا نا او اللہ دے کونا جڑا او کھاوے گا پیوے گا او اس علاقے دی تاثیر ہے ٹھیک ہے نا جڑا او چارہ کھاوے گا او دے جسم دے وچ رچ جاوے گا بالکل صحیح گل ہے او نسلوں دے شامل ہو جاوے گی بالکل صحیح چال ڈال ماشاء اللہ پٹھا بھی چیک کرو اگو بھی چمڑ جی بانٹے واگ چمڑی ماشاء اللہ لباس لا رہا جی ماشاء اللہ کیا کٹی جیڑی ہے نا
جانور اس طرح جا رہا لیکن یہ دھرتی دی تصویر ہوندی ہے علاقے دی تصویر ہوندی ہے تسی تر جاؤ کسی اور سیالکوٹ یا کسی اور علاقے وچ جتھوں دی او زبان بولن گے ہن جیڑا دنیا دے اوپر بچہ پیدا ہوندا ہے کوئی ہندو دے گھر کوئی مسلمان دے او جویں دی اگو ہوندی ہونی ہے تربیت ہونی اونوں اختیار کرنی ہے بالکل صحیح جانور بھی اگر کوئی چھوٹا لے کے جاندا ہے نا جیڑی دودھ دے وچ لے کے جاندا ہے نا اونے او اختیار کرنی ہے بالکل اودی تصویر اوندے اندر جائے گی بالکل صحیح پٹے کھاوے گا پانی پیوے گا او ہی اوندے اندر ہوے گا او ہی رزلٹ نکلے گا بالکل صحیح گل ہے ماشاءاللہ جی چیک کروا رہے ہیں جی شوق کروا رہے ہیں جی لو جگلی جوٹی آ گئی جی جوکل کھاد پاونے اسی ڈی ا پی وی اے ہاں سننا جی ہاں یوریا دا اپنا رزلٹ ہے ڈی ا پی دا اپنا رزلٹ ہے ٹھیک ہے نا اس طرح علاقے ہر علاقے دا اپنا اپنا رزلٹ ہے رزلٹ ہے بالکل جی ماشاءاللہ چیک کر رہا ہاں 6 مہینے دی گبن کیا بات ہے پٹھے دلا میں لگ گیا جی لائی کھنا پشما وے کٹیاں نہیں ہے پوچھ لا وے ہائے 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 پراندے ایک ایک جانور اسی براواں دا شوق پورا کرونے پیا بالکل صحیح گل لینا دینا نصیب دی گل نصیب سب نصیب دی گلاں او ساڈا نصیب ہے نا کوئی کھو نہیں سکدا بالکل جتنا مرضی کوئی ٹل مار لوے دنیا دے کدوں دی سانو مکان دے ٹردی سی ٹھیک ہے نا بالکل کدوں دا سانو مقام کو چھڈ دے ہاں بالکل لیکن جدوں اللہ نہ مارے جدوں اللہ نہ مارے نا تے کوئی کسے نو مار نہیں سکدا مار نہیں سکدا جتنا مرضی زور لا لے ایک ساڈا دوست بھرا ہے او بڑے چراں سانو ختم کرنا چاہندا سی اچھا او ہن چھڈ گیا ہے اونوں ہن سمجھ لگ گئی بھی اے ہن انہاں نو اللہ نے جڑا نا عزت دتی ہے تے میں انہاں نو ہن عزت نہیں کر سکدا نہیں کر سکدا جنوں اللہ عزت دے وے بے شک او ہن چپ کر گیا ہے بالکل تے چلو اے وی اپنا زور لا لون ہاں جنوں اللہ عزت دے وے نا اونوں کوئی ذلت نہیں دے سکدا کوئی نہیں دے سکدا بالکل ہے یو 100% گل تے جے مطلب چوں دے نا بھی اسی کرنا مقابلہ تے مڑ اس طرح دے جانور لے کے آؤ ہاں جی او چچا بوٹیا اس طرح دے جانور لے کے آؤ دوستاں نوں دیو تے پھر گل بن ہاں بلے کیا بات ہے نسلی جانور اللہ دیکھو نا دوست برا ساڈے لے کے جاون گے نا اللہ دیکھو نا فائدہ پاون گے بالکل صحیح ہاں جی کیا بات ہے جی ویکھو جانور میرے جنگ بن چڑکنا مکھا دیتی ڈنگ میں من جا سہار من لے گبڑا لیا میرا مقابلہ کرنا کٹی لو میرے کٹی نو مقابلہ شروع کرو کٹی لو پھر چھوٹیاں تے آو پھر آن کے مقابلے دی گل شہزادہ ویری شہزادہ ہی ماشاءاللہ آ چیک کرو جی ٹھیک ہے ہائے ہائے چوٹن پر ٹور ماشاءاللہ جی ماشاءاللہ چوٹی چیک کرو جی کیا بات ہے لمبائی چیک کرو منہ ماشاء اللہ کیا بات ہے کیا بات ہے جی کیا بات ہے کیا بات ہے جیو رائے سب جیو اچھا اچھا بابا جی ماشاء اللہ ایک تو لے کے اینڈ تک کر بگ جا کدھر چھوٹی دی پشم بناوے پھر بھی میں گنہگار ہے شہزادہ ایک تو لے کے اینڈ تک کر کسے چھوٹی دی پشم بناوے
ਕੋਈ ਜੋਟੀ ਥੱਲਿਓ ਉਤੋਂ ਕਦਾਈਓ ਪੈੜੀ ਹੋਵੇ ਹਾਂ ਪੱਲੇ ਹਾਏ ਸ਼ਹਿਜ਼ਾਦਾ ਜੀ ਜਦੋਂ ਮੁਕਾਬਲੇ ਪਤਾ ਵਣਾ ਅਗਲਾ ਮੁਕਾਬਲਾ ਕਰਨਾ ਹੈ ਉਸ ਨਾਲ ਡੰਗਰ ਵੇਖ ਸੋਚ ਕੇ ਲੜਾ ਪੈਂਦਾ ਹਾਂ ਉਹ ਲੜਾਵੇਂ ਨਹੀਂ ਭਜਣਾ ਪੈਂਦਾ ਐਵੇਂ ਨਹੀਂ ਫੜਨੇ ਪੈਂਦੇ ਉਸ ਨਾਲ ਸੋਚਣਾ ਪੈਂਦਾ ਕਿ ਵੀਡੀਓ ਤੇ ਵਿਖਾਉਣਾ ਹੈ ਕੋਈ ਬੰਦਾ ਮੇਰੀ ਚੋਟੀ ਨੂੰ ਗਲਤ ਨਾ ਕਹੇ ਉਸ ਨਾਲ ਬੜਾ ਗੱਲਾਂ ਸੋਚਣੀਆਂ ਪੈਂਦੀਆਂ ਨੇ ਇੱਥੇ ਚੈੱਕ ਬਿਲਕੁਲ ਮਾਸ਼ਾਅੱਲਾ ਕੱਦ ਕਾਰ ਚ ਲੰਬਾਈ ਚ ਸ਼ਕਲ ਸੂਰਤ ਲੋ ਮਾਸ਼ਾਅੱਲਾ ਜੋਟੀ ਦਾ ਕਰ ਲਵੋ ਜੀ ਇਹ ਆ ਜੋਟੀ ਦਾ ਮਾਰੋ ਕੰਮ ਹਾਏ 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 ਤੇ ਬੂਥੀ ਤੇ ਲਾਮ ਕਰ ਮਾਸ਼ਾਅੱਲਾ ਜੀ ਕੀ ਬਾਤ ਹੈ ਜੀ ਐ ਨਹੀਂ ਕਬੂਲੇ ਦੇ ਮਾਲ ਜੀਓ ਸ਼ਹਿਜ਼ਾਦੇ ਜੀਓ ਜੋਟੀ ਦਾ ਮਾਰ ਕੈਮਰਾ ਹਾਏ 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 ਜੋਟੀਆਂ ਦੇ ਕੱਦ ਬੁੱਤ ਵਗਾ ਵੇਖ ਅਦਰ ਸਾਹਿਬ ਹੌਲੀ ਜੋਟੀ ਲੈਣੀ ਹੈ ਨਾ ਅੱਜ ਜੇ 9 ਮਾਨ ਦੀ ਲੈਣੀ ਹੈ ਤੇ ਕੱਲ ਨੂੰ ਉਹਨੇ ਪੈਸੇ ਵੀ ਉਹਨੇ ਕੋਈ ਵਟਾਉਣੇ ਨੇ ਹਾਂ ਅੱਜ ਜੋਟੀ ਲੈਣੀ ਹੈ ਨਾ ਵੱਡੀ 2.5-2 ਢਾਈ ਵਾਲੀ ਤੇ ਕੱਲ ਨੂੰ 5 ਲੱਖ ਰੁਪਇਆ ਮੂੰਹ ਕੱਢ ਕੇ ਵੇਚ ਛੱਡ ਬਿਲਕੁਲ ਸਹੀ ਗੱਲ ਹੈ ਜੇ ਅੱਜ ਹੌਲੀ ਲੈਣੀ ਹੈ ਨਾ ਅੱਜ ਤਾਂ 20 ਬਚਾਉਣਾ ਨਾ ਤੇ ਕੱਲ ਲੱਖ ਕੱਟਣਾ ਜੇ 20 ਵਾਦ ਭਰਨਾ ਨਾ ਕੱਲ ਨੂੰ ਲੱਖ ਵਾਦ ਵਟਣਾ ਵਾਦ ਵਟਣਾ ਗੱਲ ਤੁਹਾਡੀ ਸਹੀ ਮਾਸ਼ਾਅੱਲਾ ਸਹਿਜੇ ਤੋਂ ਵੀ ਉੱਚੀ ਕੱਦ ਕਾੜ ਚ ਓਏ ਮਾਸ਼ਾਅੱਲਾ ਜੋਤੀ ਚੈੱਕ ਕਰਾ ਕੀ ਬਾਤ ਹੈ ਜੀ ਕੀ ਬਾਤ ਹੈ ਮਾਸ਼ਾ ਚਾਚੇ ਬੂਟੇ ਦੇ ਬਰਾਬਰ ਆਈ ਕਈ ਚਾਚਾ ਬੂਟਾ ਦਿਸਦਾ ਹੀ ਕੋਣੀ ਪਿਆ ਮਾਸ਼ਾਅੱਲਾ ਜੀ ਸਾਹਿਬ ਸਾਡੇ ਨਾਲ ਸਾਰੀ ਦੁਨੀਆ ਹੀ ਚੰਗੀ ਏ ਹਾਂ ਸਾਡੇ ਨਾਲ ਸਾਰੀ ਦੁਨੀਆ ਹੀ ਚੰਗੀ ਏ ਪਰ ਸਾਡੇ ਵਰਗਾ ਮਾਲ ਕਿਸੇ ਕੋਲ ਨਹੀਂ ਹੈ ਹਾਂ ਆ ਚੀਜ਼ ਹੈ ਸਾਰੀ ਦੁਨੀਆ ਹੀ ਸਾਡੇ ਨਾਲ ਚੰਗੀ ਏ ਪਰ ਸਾਡੇ ਵਰਗਾ ਚੰਗਾ ਮਾਲ ਕੋਲ ਨਹੀਂ ਇਹਦੇ ਨਾਲ ਜੁਟਿਆ ਮਾਸ਼ਾਅੱਲਾ ਠੀਕ ਹੈ ਮਾਸ਼ਾਅੱਲਾ ਵੇਖੋ ਚੈੱਕ ਕਰੋ ਜੀ ਕੀ ਬਾਤ ਹੈ ਲੰਬਾਈ ਵਿਖਾਓ ਕੀ ਬਾਤ ਹੈ ਮਾਸ਼ਾਅੱਲਾ ਚੈੱਕ ਕਰੋ ਜੀ ਹਾਏ 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 ਮੈਂ 58 ਮਾਸ਼ਾਅੱਲਾ ਇਸ ਤਰ੍ਹਾਂ ਦੀਆਂ ਜੋਟੀਆਂ ਲਿਆਓ ਹਾਂ ਜੇ ਸ਼ੌਕ ਕਰਨਾ ਜੇ ਮੁਕਾਬਲੇ ਕਰਨਾ ਇਸ ਤਰ੍ਹਾਂ ਦੇ ਜਾਨਵਰ ਲਿਆਓ ਮਾਸ਼ਾਅੱਲਾ ਜੀ ਕੀ ਬਾਤ ਹੈ ਮੈਨੂੰ ਖੁਸ਼ ਹੋਇਆ ਤੇਰਾ ਕਿ ਨਹੀਂ ਹਾਂ ਵਾਕਈ ਇਸ ਤਰ੍ਹਾਂ ਦੇ ਜਾਨਵਰ ਲੈ ਕੇ ਆਓ ਇੱਥੇ ਮੁੱਕ ਗਿਆ ਸ਼ੌਕ ਇੱਥੇ ਸ਼ੌਕ ਹੁੰਦਾ ਜੇ ਲੱਕੇ ਲੱਕੇ ਫਰੋਲੋ ਵਿਜ਼ਿਟ ਕਰੋ ਗੱਡੀਆਂ ਪਜਾਓ ਦਿਨ ਰਾਤ ਹਾਂ ਆ ਨਹੀਂ ਰਹੀ ਸਾਰ ਰਹਿ ਜੀ ਚਾਚੇ ਮੁੰਡੇ ਦੀਆਂ ਮਾਸ਼ਾਅੱਲਾ ਮਾਸ਼ਾਅੱਲਾ ਹਾਏ 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 ਮਾਸ਼ਾਅੱਲਾ ਕੀ ਬਾਤ ਹੈ ਇਸ ਤਰ੍ਹਾਂ ਜਾਨਵਰ ਲੈ ਕੇ ਆਓ ਤਾਂ ਫਿਰ ਮੁਕਾਬਲੇ ਹੋਣੇ ਨੇ ਹਾਂਜੀ ਮਾਸ਼ਾਅੱਲਾ ਇਹਨਾਂ ਦੇਖੋ ਨਾ ਜਦੋਂ ਜੋਟੀਆਂ ਤਿਆਰ ਹੋਣਗੀਆਂ ਨਾ ਬੰਦੇ ਬਹਿ ਬਹਿ ਕੇ ਵੇਖਣਗੇ ਬਿਲਕੁਲ ਸਹੀ ਗੱਲ ਹੈ ਇਹਦਾ ਜਾਨਵਰ ਲੈਣ ਲੱਗਿਆ ਨਾ ਉਹਦੇ ਮੱਝ ਜਿੰਨਾ ਜਿਗਰਾ ਹਾਂ ਸਮਝ ਆਉਂਦੀ ਪਈ ਹੈ ਨਾ ਮੱਝ ਜਿੰਨਾ ਜਿਗਰਾ ਕਰਨਾ ਪੈਂਦਾ ਅਦਰ ਸਾਹਿਬ ਥੋੜੇ ਇਹਦਾ ਡੰਗਰ ਲੈਣਾ ਤੇ ਜਿਹਨੂੰ ਕੱਟੀ ਲੈਣ ਦੇ ਨਹੀਂ ਵਾਲਾ ਨੇ ਕੀ ਮੱਝ ਦਾ ਜਿਗਰਾ ਕਰਨਾ ਜਾਂ ਨਾ ਕੀ ਡੰਗਰ ਲੈਣਾ ਨੇ ਹਾਂ ਬਿਲਕੁਲ ਸਹੀ ਗੱਲ ਹੈ ਇਹਦਾ ਲਾਓ ਕੈਮਰਾ ਅਜ ਮਾਰੀਓ ਕੈਮਰਾ ਕਾਨੂੰ ਮਾਸ਼ਾਅੱਲਾ ਜੀ ਤਸੱਲੀਆਂ ਕੀਤੀ ਜੀ ਸ਼ੌਕ ਹੋ ਗਿਆ ਜੀ ਅੱਜ ਮੁਕਾਇਆ ਹੀ ਸ਼ੌਕ ਕੱਟੀਆਂ ਵੇਖ ਹਾਏ 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 ਐਣੀ ਕੋ ਲੜੀਆਂ ਕਿ ਨਹੀਂ ਹਾਂਜੀ ਵਾਕਈ ਇੱਕ ਦੂਜੇ ਦਾ ਵੱਤ ਵਾਰ ਇਹ ਨਹੀਂ ਜਾਨਵਰ ਪੂਰੇ ਨਸਲੀ ਹਾਂ ਠੀਕ ਹੈ ਨਾ ਆ ਨੇ ਲੋਕਾਂ ਨਾਲ ਪਾਵੇਂ ਜੂ ਮਿਕਸ ਵੀ ਹੋ ਗਈ ਹੈ ਪਰ ਸਾਨੂੰ ਸਿਆਣੇ ਜਾਨਵਰਾਂ ਹਾਏ 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 ਠੀਕ ਹੈ ਨਾ ਥਰ ਗਿਆ ਹੀ ਥਰ ਗਿਆ ਦਿਲ ਥਰ ਗਿਆ ਹੀ ਥਰੇ ਹੀ ਦਿਲ ਹਾਏ ਮੈਂ ਸੱਚੀ ਅਸੀਂ ਇਲਾਕੇ ਫਰੋਲੀ ਦੇ ਨੇ ਜਿਹੜਾ ਜਾਨਵਰ ਚੰਗਾ ਲੱਗੇ ਅਸੀਂ ਉਹ ਲੈ ਕੇ ਆਉਂਦੇ ਹਾਂ ਬਿਲਕੁਲ ਸਹੀ ਗੱਲ ਹੈ ਮਾਸ਼ਾਅੱਲਾ ਜੀ ਅੱਗੇ ਚੈੱਕ ਕੀਤੀ ਹੋ ਜੀ ਮਾਸ਼ਾਅੱਲਾ ਕੀ ਬਾਤ ਹੈ ਜੀ ਕੀ ਬਾਤ ਹੈ ਇਹਦੇ ਨੂੰ ਪਰਤਾਂ ਵੀ ਯਾਦ ਇਹ 9 ਮਾਨ ਸਾਡੇ 9 ਮਾਨ ਇਹ ਵਜ਼ਨ ਹੈ ਐਵਰੇਜ ਲਓ ਜੀ ਇਹ ਕਿਨੇ ਮਹੀਨੇ ਦੀ ਹੈ 4 ਮਹੀਨੇ ਦੀ ਆ ਨੀਲੀ ਉਹ ਹਾਂ ਵਾਕਈ ਐ ਨੀਲੀ ਆਈ ਹੋ ਪਕਾਉਣ ਨਾ ਕੋ ਤੁੰਨੀ ਨਾ ਕੋ ਕੋਲੀ ਨਾ ਕੋ ਵੱਖੀ ਛੋਟੀ ਵੱਖੀ ਅਵੇ ਬਰੀਕ ਹਾਂ ਵਾਕਈ ਇਹਨਾਂ ਦਾ ਲਾਓ ਕੈਮਰਾ ਵੇ ਬੱਦਰਾ ਹਾਂ ਬੱਦਰਾ ਇਹਨਾਂ ਲੈਣੇ ਚੱਡਾ ਸਾਰ ਤੇ ਕਰਨਾ ਲਿਆਵੇ ਮੇਰੇ ਕੋ ਲਖਵਾ ਲਵੋ ਹਾਂ ਸ਼ਹਿਜ਼ਾਦਾ ਜੀ ਮਾਸ਼ਾਅੱਲਾ ਮਾਸ਼ਾਅੱਲਾ ਕੀ ਬਾਤ ਹੈ ਨਵੀਦ ਭਾਈ ਇਹ ਨਸਲੀ ਜਾਨਵਰ ਮਾਸ਼ਾਅੱਲਾ ਇੱਥੇ ਐਂਡ ਹੀ ਹੁੰਦਾ ਜੀ ਇੱਥੇ ਐਂਡ ਹੁੰਦਾ ਜੀ ਇਹੋ ਜਿਹਾ ਜਾਨਵਰ ਔਖੇ ਲੱਭਦੇ ਨੇ ਤੇ ਕਿਸਮਤ ਬਰਾਤ ਨਾਲ ਲੱਭਦੇ ਬਿਲਕੁਲ ਜੀ ਬਿਲਕੁਲ ਮਿਹਨਤ ਕਰਿਆ ਲੱਭਦੇ ਨੇ ਬਿਲਕੁਲ ਸਹੀ ਗੱਲ ਹੈ ਇੱਕ ਇੱਕ ਜਾਨਵਰ ਤੁਹਾਨੂੰ ਖੋਲ ਕੇ ਖਾਈ ਜਾਈਏ ਆਵੇ ਕੱਟੀ ਦਾ ਸਿਰ ਤੇ ਲਾ ਬਿਲਕੁਲ ਹਾਂ ਵਾਕਿਆ ਹੈ ਕੱਟੀ ਪੂਰੀ 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 ਮਾਸ਼ਾਅੱਲਾ ਜੀ ਸਲੀ ਕਰੋ ਮਾਸ਼ਾਅੱਲਾ ਤਸੱਲੀਆਂ ਕੀਤੀ ਹੋ ਜੀ ਇੱਕ ਇੱਕ ਜਾਨਵਰ ਤੇ ਲਾਈ ਆ ਇੱਕ ਇੱਕ ਜਾਨਵਰ ਤੇ ਲਾਈ ਆ ਦੋਵੇਂ ਛੋਟੀਆਂ ਮੀਣੀਆਂ ਹਾਂ ਮੀਣੀਆਂ ਆ ਗਈਆਂ ਹਾਏ ਹਾਏ ਮਾਸ਼ਾਅੱਲਾ ਕੀ ਬਾਤ ਹੈ ਜੀ ਠੀਕ ਹੈ ਕੀ ਬਾਤ ਹੈ ਕੀ ਬਾਤ ਹੈ ਜਾਨਵਰ ਮਾਸ਼ਾਅੱਲਾ ਇੱਕ ਇੱਕ ਜਾਨਵਰ ਸਾਡੇ ਦੋਸਤਾਂ ਨੂੰ ਵਿਖਾਓ ਮਾਸ਼ਾਅੱਲਾ ਜਲ ਖੁਸ਼ ਕਰ ਹਲੇ ਜਾਨਵਰ ਬਾਹਰ ਵੱਜੇ ਪਾਣੇ ਮਾਸ਼ਾਅੱਲਾ ਠੀਕ ਹੈ ਨਾ ਪਰਮ ਬਣਦਾ ਪਿਆ ਨਵਾਂ ਹਾਂ ਜੋ ਕੁ ਥੋੜੀ ਸੈਟਿੰਗ ਹੋਣ ਲਈ ਹੈ ਬਾਹਰ ਦੇ ਜਿਹੜੇ ਵਿਊਜ਼ ਮਾਰੋ ਤੇ ਮਾਰੋ ਮਾਰੋ ਲਓ ਜੀ ਚੈੱਕ ਕਰ ਲਓ ਸਾਰੇ ਬੰਦੇ ਉੱਥੇ ਐਂਡ ਚੱਪੜੋ ਮਾਸ਼ਾਅੱਲਾ ਜੀ ਲਓ ਜੀ ਮੈਂ ਵਿਖਾਉਂਦਾ ਜਾਂਦਾ ਨਾਲ ਨਾਲ ਦੋ ਸਾੜਾਂ ਤੋਂ ਇਸ ਸਾਈਡ ਤੋਂ ਵੀ ਨਾਲ ਮਾਲ ਵੇਖੀਓ ਇਸ ਸਾਈਡ ਤੇ ਮਾਲ ਖੜਾ ਜੇ 5 ਮਿੰਟ ਤੋਂ ਉੱਤੇ ਉੱਤੇ ਜਿਹੜੀ ਆਹ ਲੈਣ ਖੜੀ ਏ ਆਹ 2 ਮਿੰਟ ਲਾਇਆ ਤੇ 5 ਮਿੰਟ ਤੱਕ ਇੱਧਰ ਵੀ ਖੜਾ ਜੇ ਮਾਸ਼ਾਅੱਲਾ ਜਿਹੜੀ ਇਸ ਸਾਈਡ ਤੇ ਮੈਂ ਜਾ ਰਿਹਾ ਅਗਰ ਕੋਈ ਦੋਸਤ ਹਜ਼ਰਾਤ ਮਾਲ ਲੈਣਾ ਚਾਹੁੰਦਾ ਗੱਬਨ ਜੋਟੀਆਂ ਲੈਣਾ ਚਾਹੁੰਦਾ ਪ੍ਰੋਫਿਟ ਕਮਾਉਣਾ ਚਾਹੁੰਦਾ ਕਾਰੋਬਾਰ ਕਰਕੇ ਸੋਚ ਰਿਹਾ ਚਲੋ ਮੈਂ ਬਾਹਰ ਬੈਠਾ ਉਹਨਾਂ ਦੇ ਜਦੋਂ ਮੈਂ ਪਾਕਿਸਤਾਨ ਆਵਾਂ
ਇਸ ਤਰੀਕੇ ਦੀਆਂ ਆਏ ਅਨਮੋਲ ਅਨਮੋਲ ਤੋਹਫੇ ਅਨਮੋਲ ਹੀਰੇ ਖੂਬਸੂਰਤ ਝੋਟੀਆਂ ਲੈ ਕੇ ਰਾਏ ਅੱਕ ਜਵੇ ਕੋਲ ਜਾਓ ਉਹ ਇਸ ਤਰ੍ਹਾਂ ਜਾਨਵਰ ਲੈ ਕੇ ਜਾਵੇ ਜਿਹੜਾ ਬੰਦਾ ਉਹਨੇ ਹਾਂਜੀ ਬਿਲਕੁਲ ਜੀ ਅਗਲੇ ਮਹੀਨੇ ਇਨਸ਼ਾਅੱਲਾ ਤਿਆਰ ਹੋਣਗੇ ਹਾਂਜੀ ਮਾਸ਼ਾਅੱਲਾ ਛੋਟੀਆਂ ਇੰਜ ਦੀਆਂ ਦਿੰਦਾ ਹੀ ਕੋਣੇ ਕੋਈ ਨਹੀਂ ਦਿੰਦਾ ਠੀਕ ਹੈ ਜਿਹਦਾ ਵੇਖਣਾ 8.5 ਮਹੀਨੇ ਦੀ ਛੋਟੀ ਹੈ ਹਾਂ ਉਹ 1.5 ਮਹੀਨਾ ਆਪ ਵੀ ਸਾਂਭ ਸਕਦਾ ਲੱਖ 1.5 ਲੱਖ ਰੁਪਇਆ ਆਪ ਵੀ ਕਮਾ ਸਕਦਾ ਲੇਕਿਨ ਨਹੀਂ ਉਹ ਨਹੀਂ ਵੇਚਦੇ ਮਿਹਨਤ ਕਰਨੀ ਪੈਂਦੀ ਤਰਲੇ ਮਾਰਨੇ ਪੈਂਦੇ ਨੇ ਬੜਾ ਕੁਝ ਕਰਨਾ ਪੈਂਦਾ ਬਿਲਕੁਲ ਭਰਾਵਾਂ ਦੀ ਵਾਸਤੇ ਕੋਈ ਆਪਣੇ ਵਾਸਤੇ ਕੋਈ ਭਰਾਵਾਂ ਵਾਸਤੇ ਭਰਾਵਾਂ ਵਾਸਤੇ ਮਾਸ਼ਾਅੱਲਾ ਜੀ ਇਹ ਨਹੀਂ ਅਸੀਂ ਆਂਦੇ ਕਿ ਅਸੀਂ ਆਪਣਾ ਢਿੱਡ ਲੱਗਾ ਜਾਂ ਭਰਾਵਾਂ ਦੀ ਮਿਹਨਤ ਭਰਾਵਾਂ ਮਗਰ ਹੀ ਕਰੀ ਦਈਏ ਠੀਕ ਹੈ ਲੇਕਿਨ ਸਾਰਾ ਕੰਮ ਹੀ ਹੁੰਦਾ ਨਹੀਂ ਹੁੰਦਾ ਮਾਸ਼ਾਅੱਲਾ ਅੱਲਾ ਸਾਡੇ ਤੰਦਰੁਸਤੀ ਭਰਾ ਸਾਡੇ ਨੂੰ ਮਾਸ਼ਾਅੱਲਾ ਆ ਮਾਲ ਵੇਖੋ ਲੈਣਾ ਹੀ ਲਾ ਦਿੱਤੀਆਂ ਨੇ ਰੌਣਕਾਂ ਲੱਗ ਗਈਆਂ ਨੇ ਮਾਸ਼ਾਅੱਲਾ ਇਹ ਬਾਹਰ ਹੀ ਮਾਲ ਖੜਾ ਆ ਲੈਣ ਬਣਾਓ ਯਾਰ ਉਹ ਨਹੀਂ ਦੇ ਰਹੇ ਇੱਥੇ ਤੁਸੀਂ ਮੈਂ ਬਾਹਰ ਦੇ ਵਿਊ ਦਿਖਾਈ ਜਾਵਾਂ ਮਾਸ਼ਾਅੱਲਾ ਜੀ ਆ ਤੇ ਵਾਪਸੀ ਨਾਰਾ ਮਾਰਨਾ ਮਾਸ਼ਾਅੱਲਾ ਮਾਲ ਚੱਕਰ ਇੱਧਰ ਹੀ ਮਾਸ਼ਾਅੱਲਾ ਖੜਾ ਮਾਲ ਹਾਏ ਚਾਚਾ ਬੂਟਾ ਦਾ ਰਾਇਆ ਕਜਵੇ ਛਾ ਗਿਆ ਮਾਸ਼ਾਅੱਲਾ ਇੱਥੇ ਵੀ 20 ਕੁ ਖੜੀਆਂ ਜੀ ਮਾਸ਼ਾਅੱਲਾ ਇੱਧਰ ਇੱਕ ਬੋਰਡ ਵੀ ਲੱਗਿਆ ਹੋਇਆ ਮਾਸ਼ਾਅੱਲਾ ਜਿੰਨੇ ਵੀ ਆਣਾ ਅੱਖਾਂ ਨੂਰ ਦੇ ਨਾ ਨਿਸ਼ਾਨੀ ਯਾਦ ਰੱਖਣੀ ਹੈ ਆਹ ਵੇਖੋ ਰਾਏ ਅੱਕ ਜੋ ਤੇ ਚਾਚਾ ਬੂਟਾ ਮਾਸ਼ਾਅੱਲਾ ਕੀ ਬਾਤ ਹੈ ਕੀ ਬਾਤ ਹੈ ਜੀ ਤਸੱਲੀ ਕਰੋ ਆਹ ਮੈਂ ਵਹਾ ਦੇਣਾ ਜੀ ਮਾਸ਼ਾਅੱਲਾ ਹੁਣ ਤਾਂ ਦਾੜੀ ਰੱਖ ਲਈ ਭਰਾ ਨੇ ਅੱਲਾ ਇਸੇ ਤਰੀਕੇ ਦਾ ਦਿੱਤੀ ਰੱਖਿਆ ਜੀ ਮਾਸ਼ਾਅੱਲਾ ਤੇ ਹੁਣ ਚੱਲਦੇ ਜੀ ਪਾਕਿਸਤਾਨ ਦਾ ਨਾਰਾ ਮਾਰਨੇ ਆ ਤੇ ਭਰਾ ਜਿਹੜੇ ਖੜੇ ਨੇ ਅਗਰ ਤੁਹਾਨੂੰ ਸਾਡੀ ਵੀਡੀਓ ਲੱਗਦੀ ਚੰਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪਾਕਿਸਤਾਨ ਜ਼ਿੰਦਾਬਾਦ।